ਅੱਜ ਦੀਆਂ ਖਬਰਾਂ ਵਾਲਾ ਇਹ ਤੇ ਮਹਾਵੀਡ ਡੇਜ਼ਰਟ ਦੇ ਵਿੱਚ ਬਹੁਤ ਹੀ ਖਤਰਨਾਕ ਅੱਗ ਇਸ ਟਾਈਮ ਲੱਗੀ ਹੋਈ ਆ ਜੋ ਕਿ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਆਗਾ ਇਸ ਸਾਲ ਦੀ ਜਿਹਦੇ ਨਾਲ ਬਹੁਤ ਸਾਰੇ ਯੋਸ਼ੂਆ ਟਰੀਜ਼ ਆ ਉਹ ਵੀ ਅੱਗ ਦੀ ਭੇਂਟ ਚੜ ਰਹੇ ਹੈਗੇ ਆ ਅ ਦਿ ਯੋਰਕ ਫਾਇਰ ਕਰਕੇ ਇਹਦਾ ਨਾਮ ਰੱਖਿਆ ਗਿਆ ਆ ਇਸ ਦੇ ਨਾਲ 70000 ਏਕੜ ਆਲਰੇਡੀ ਅੱਜ ਸੜ ਕੇ ਸੁਆਹ ਹੋ ਗਿਆ ਤੇ ਕਿਸੇ ਤਰ੍ਹਾਂ ਦੀ ਕੰਟੇਨਮੈਂਟ ਨਹੀਂ ਹੋਈ ਹੈਗੀ ਫ੍ਰਾਈਡੇ ਨੂੰ ਇਹ ਦੇਖੀ ਗਈ ਸੀ ਉਹ ਤੋਂ ਬਾਅਦ ਇਹ ਵੱਧਦੀ ਵੱਧਦੀ ਹੁਣ ਈਸਟਰਨ ਸੈਨ ਵਾਡਰ ਸੈਨ ਬਰਨਾਰਡੀਨੋ ਕਾਉਂਟੀ ਜੋ ਆ ਉਧਰੋਂ ਵੱਧ ਰਹੀ ਹੈਗੀ ਆ ਤੇ ਵੈਸਟਰਨ ਨਵਾਡਾ ਵੱਲ ਨੂੰ ਵੀ ਟੱਪ ਕੇ ਪਹੁੰਚ ਗਈ ਹੈਗੀ ਆ ਲੋਕਾਂ ਦੀ ਕਹਿੰਦੇ ਮਿਸਕਨਸੈਪਸ਼ਨ ਹੁੰਦੀ ਆ ਕਿ ਜੋ ਡੇਜ਼ਰਟ ਵਾਲਾ ਏਰੀਆ ਹੁੰਦਾ ਆ ਉਥੇ ਅੱਗ ਨਹੀਂ ਲੱਗਦੀ ਹੈਗੀ ਪਰ ਸਿਆਰਾ ਬਿਲੋਗ ਵੀ ਇਸ ਸੁਪਰਵਾਈਜ਼ਰ ਪਾਰਕ ਰੈਂਜਰ ਹੈਗੇ ਮੁਹਾਵੀ ਨੈਸ਼ਨਲ ਪ੍ਰੀਜ਼ਰਵ ਦੇ ਉਹਨਾਂ ਨੇ ਕਿਹਾ ਵੀ ਇਹ ਰੀਅਰ ਨਹੀਂ ਹੈ ਅੱਗ ਜੋ ਡੇਜ਼ਰਟ ਆ ਉੱਥੇ ਵੀ ਲੱਗ ਜਾਂਦੀ ਹੈਗੀ ਆ ਆ ਇਵਨ ਦੋ ਇਸਵਰੀ ਕਾਫੀ ਮੁਆਇਸਚਰ ਹੈਗਾ ਹਵਾ ਦੇ ਵਿੱਚ ਪਰ ਟੈਂਪਰੇਚਰ ਇੰਨਾ ਹਾਈ ਆ ਉਹਦੇ ਨਾਲ ਅੱਗ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ ਸੋ ਇਸ ਅੱਗ ਲੱਗਣ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹਨਾਂ ਨੇ ਉਹ ਸਾਰੇ ਏਰੀਆ ਦੇ ਵਿੱਚ ਇੰਸ਼ੋਰੈਂਸ ਕੰਟੇ ਗਲੀਆ ਮੋਰਟোরੀਅਮ ਲਾ ਦਿੱਤਾ ਹੈਗਾ ਯਾ ਯੂਸੀਐਲਏ ਦੇ ਕਲਾਈਮਟੋਲੋਜਿਸਟ ਡੈਨੀਅਲ ਸਵੇਨ ਉਹਨਾਂ ਨੇ ਇਹ ਕਿਹਾ ਹੈ ਆ ਕਿ ਇਹ ਜੋ ਕਲਾਈਮੇਟ ਪੈਟਰਨ ਚੱਲ ਰਿਹਾ ਆ ਇਹਦੇ ਨਾਲ ਕਿਉਂਕਿ ਮੀਂਹ ਜਿਆਦਾ ਪਿਆ ਸੀ ਕਾਫੂ ਸਪੋਟ ਹੋਇਆ ਸੋ ਅੱਗ ਲੱਗਣ ਦੇ ਚਾਂਸ ਕੈਲੀਫੋਰਨੀਆ ਚ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਆ ਤੇ ਇਸੇ ਕਰਕੇ ਜਿਹੜੀਆਂ ਅੱਗਾਂ ਆ ਇਹ ਤੇਜ਼ੀ ਦੇ ਨਾਲ ਫੈਲ ਰਹੀਆਂ ਆ ਬਿਲਕੁਲ ਇਸ ਟਾਈਮ 120 ਸਕਰ ਮੀਲ ਦੇ ਵਿੱਚ ਇਹ ਫੈਲ ਚੁੱਕੀ ਆ 70000 ਏਕੜ ਤੋਂ ਵੱਧ 0% ਕੰਟੇਨਮੈਂਟ ਇਸ ਦੀ ਦੱਸੀ ਗਈ ਹੈਗੀ ਆ ਇਸ ਦੇ ਨਾਲ ਨਾਲ ਇੱਕ ਹੋਰ ਫਾਇਰ ਰਿਵਰਸਾਈਡ ਕਾਉਂਟੀ ਚ ਜਿਸ ਦਾ ਨਾਮ ਬੋਨੀ ਫਾਇਰ ਆ ਉਹ 2300 ਏਕੜ ਦੇ ਵਿੱਚ ਫੈਲ ਚੁੱਕੀ ਆ ਇਹ ਅੱਗਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਫਾਇਰ ਫਾਈਟਰਸ ਨੂੰ ਕਾਫੀ ਜਦੋਜਹਿਦ ਕਰਨੀ ਪੈ ਰਹੀ ਆ ਮਹਾਵੀ ਡੇਜ਼ਰਟ ਦੇ ਵਿੱਚ ਲੱਗੀ ਅੱਗ 'ਚ ਫਾਇਰ ਕਰੂਜ਼ ਆ ਉਹਨਾਂ ਨੂੰ ਫਾਇਰ ਵਰਲਡਸ ਦੇ ਨਾਲ ਜਿਹੜਾ ਨਜਿੱਠਣਾ ਪੈ ਰਿਹਾ ਆ ਜਿੱਦਾਂ ਆਪਾਂ ਬਾਬ ਰੋਲੇ ਪਾਣੀ ਦੇ ਵਾਟਰ ਸਪਰਾਉਟਸ ਦੇਖਦੇ ਆ ਉਸੇ ਤਰੀਕੇ ਦੇ ਨਾਲ ਅੱਗ ਜਿਹੜੀ ਆ ਘੁੰਮਣ ਘੇਰੀ ਬਣਾਉਂਦੀ ਹੋਈ ਤੇਜ਼ ਹਵਾਵਾਂ ਮਤਲਬ ਉੱਥੇ ਚੱਲ ਰਹੀਆਂ ਆ ਜਿਸ ਵਿੱਚ ਅੱਗ ਦੀਆਂ ਲਾਟਾਂ ਉਹਦੇ ਨਾਲ ਜਿਹੜੀਆਂ ਅੱਗੇ ਤੋਂ ਅੱਗੇ ਫੈਲ ਰਹੀਆਂ ਆ ਉਸ ਦੇ ਉੱਤੇ ਕਾਬੂ ਪਾਉਣਾ ਫਾਇਰ ਫਾਈਟਰਸ ਲਈ ਇੱਕ ਕਾਫੀ ਪਰੇਸ਼ਾਨੀ ਦਾ ਸਬਬ ਬਣ ਚੁੱਕਾ ਆ ਸੋ ਦੇਖੋ ਅੱਗੇ ਕੀ ਬਣਦਾ ਆ ਏ ਵਾਲਾ ਸੀਜ਼ਨ ਵਾਈਲਡ ਫਾਇਰ ਦਾ ਕਾਫੀ ਤੇਜ਼ ਜਿਹੜਾ ਉਹ ਰਹਿਣ ਵਾਲਾ ਮੰਨਿਆ ਜਾਂਦਾ ਆ ਜਿੱਦਾਂ ਪਹਿਲਾਂ ਦੱਸ ਚੁੱਕੇ ਹਾਂ ਬਹੁਤ ਜ਼ਿਆਦਾ ਮੀਂਹ ਪੈਣ ਕਰਕੇ ਵੈਜੀਟੇਸ਼ਨ ਗਰੋ ਬਹੁਤ ਹੋਈ ਆ ਉਹ ਇਸ ਟਾਈਮ ਸੁੱਕ ਚੁੱਕੀ ਆ ਤੇ ਸੁੱਕੀ ਵੈਜੀਟੇਸ਼ਨ ਬਿਲਕੁਲ ਬਰੂਦ ਇੱਕ ਚਿੰਗਿਆੜੀ ਹੀ ਉਸ ਤੇ ਲਈ ਹੁੰਦੀ ਆ ਸੋ ਭਾਈ ਧਿਆਨ ਰੱਖਣ ਦੀ ਹੁਣ ਜ਼ਰੂਰਤ ਆ